रंग वेखो बच्चा यार चौधरी चासा गई जमन जी वीरो सवेरे सवेरे चलान देखा ते गड्डी होई पई पिछला टायर पंचर अज जिंदगी पहला तेरवा के टायर बड़ा औखा खोलिया जे पई नट नहीं खोलदे इटा ने कुट कुट के ते मसा नट खोले लो जी मैं कामयाब हो गया हलो जी अज मैं पहली बार जिंदगी जाप टायर खोलिया अगे कि जा गड्डी गुड्डी जाना भी ना पेंचर होना ओ किल लगा हो ये तो साफ पता चल गया पेंचर कितने ये देख इधर की लगा हुआ मन नटका होता ना देखो आज हादी ने आंदे इथे ये अब क्या कर रहे उल्टे काम है हैं उठाओ इसको दीवार से बाहर फेंकते हैं आज अब तो दीवार भी देखो कितनी बड़ी हो गई है। हाँ जी अस्सलाम वालेकुम वीरों की हाल है सारे वीरों का जनाब शुक्र है अल्हम्दुलिल्लाह अल्लाह पाक का करोड़ा दफा शुक्र है जनाब के काम जनाब वाली कंप्लीट हो गया जे ठीक है तो खलारा रज के पै गया जी सही है जी तो खलारा रजारी गल फिर जो तो काम करो तो फिर तुम पता पैंता ही पैंता है यह सारा केज तबाह हो गया बल्कि मैं भी नहीं वेख्या तो चलाओ तुहाडे नाल मेरे नाल तुसीं भी रल के वेखो कि की कीता इन्होंने इहदे विच इहदे गंद ही बड़ा पिया है यार इतों गंद चकदे सानू मैनूं लगदा दिल करे ते साल सानू खलारा कोई नहीं लग जावे लो जी वेखो हुण ए इन्ना उच्चा हो गया जे तकरीबन हुण सारियां दीवारां जिहड़ियां बाहरलियां साडियां ने बराबर हो गईयां ने ते आ रहिंदा वा जमन आ नहीं करके गए यार ओल जमन ओ आ नहीं करके गए यार छत वाला मैं तेनू कहा भी सीगा मेरा वीर उन्होंने कोई छत करके जानी है यार फिर ढोन दा खादा हां नु कहंदा सी कर दांगे सुद्दा नु आया ना हां ओ कर दनु की ਚੰਗਾ ਰਹਿ ਗਿਆ ਯਾਰ ਮੈਂ ਤੈਨੂੰ ਗੱਲ ਕਿਹਾ ਸੀਗਾ ਮੈਂ ਕਿਹਾ ਉਹਨਾਂ ਨੂੰ ਪੈਸੇ ਤਾਂ ਦੇਣੇ ਆ ਜੇ ਦੀਵਾਰ ਦਾ ਕੰਮ ਕੰਪਲੀਟ ਹੋ ਜੂ ਜੇ ਪੈਸੇ ਦੇ ਤੇ ਮੁੜ ਕੇ ਕੰਮ ਤੁਹਾਨੂੰ ਪਤਾ ਪਾਕਿਸਤਾਨ ਲੰਮ ਕੇ ਜਾਂਦੇ ਆ ਤੇ ਇਹ ਤਾਂ ਚਲੋ ਇੱਥੇ ਆ ਗਈ ਸਲੇਟ ਵੀ ਉਹਦੇ ਉੱਪਰ ਆ ਗਈ ਆ ਇੱਥੇ ਹੁਣ ਮਿੱਟੀ ਪਾ ਕੇ ਤੇ ਅਗਲਾ ਇਸ਼ਾ ਰਹਿੰਦਾ ਤਾਂ ਕਿ ਬਰਾਬਰ ਹੋ ਜਾਵੇ ਤੇ ਪਰਨਾਲੇ ਥਾਣੀ ਪਾਣੀ ਜਿਹੜਾ ਨਿਕਲਣਾ ਸ਼ੁਰੂ ਹੋ ਜਾਵੇ ਮੌਸਮ ਵੀ ਜਿਹੜਾ ਹੋ ਕੇ ਅੱਜ ਕੱਲ੍ਹ ਖਰਾਬ ਹੀ ਆ ਆਹ ਇੱਥਾਂ ਘੋੜੀ ਬਣਾਈ ਸੀ ਇੱਥੇ ਉਹਨਾਂ ਨੇ ਕੀ ਲੋ ਜੀ ਵੀਰੋ ਕਰੀ ਉਤੋਂ ਵੀ ਨਜ਼ਾਰਾ ਚੈੱਕ ਕਰੋ ਹੈ ਹੁਣ ਬਾਹਰੋਂ ਨਜ਼ਰ ਨਹੀਂ ਆਉਂਦਾ ਕਿ ਅੰਦਰ ਕੀ ਚੀਜ਼ ਆ ਅੰਦਰ ਕੀ ਸੈਟਅਪ ਆ ਹੁਣ ਮੁਰਗੀਆਂ ਸਾਡੀਆਂ ਬਾਹਰ ਨਹੀਂ ਜਾ ਸਕਦੀਆਂ ਡੌਗ ਵੀ ਟੱਪ ਕੇ ਬਾਹਰ ਨਹੀਂ ਜਾ ਸਕਦੇ ਜਮਨ ਤੇਰਾ ਉੱਥੇ ਨਾਲ ਖੜਾ ਹੋ ਕੇ ਦੀਵਾਰ ਦੇ ਇੱਕ ਮਿੰਟ ਜ਼ਰਾ ਨਾ ਹੱਥ ਆਮ ਕਰੀ ਇਹ ਖੜਾ ਦੀਵਾਰ ਦੇ ਨਾਲ ਹੱਥ ਕਰ ਤਕਰੀਬਨ 6.5-7 ਫੁੱਟ ਹੋ ਗਈ ਆ ਨਾ ਥੱਲੇ ਹੱਥ ਕਰ ਹੱਥ ਥੱਲੇ ਕਰ ਇਹ ਜਮਨ ਖੜਾ ਤੇ ਜਮਨ ਦੇ 1-2-3 ਵਾਰ ਸਿਰ ਦੇ ਉੱਪਰ ਆ ਜਿਹੜਾ ਕਿ ਬਾਹਰ ਨਜ਼ਰ ਨਹੀਂ ਆਉਂਦਾ ਕਿ ਬੰਦੇ ਅੰਦਰ ਫਿਰ ਤੁਰ ਰਹੇ ਆ ਔਰ ਜਗ੍ਹਾ ਜਿਹੜੀ ਸਾਫ਼ ਸੁਥਰੀ ਹੋ ਗਈ ਅਲਹਮਦੁਲਿਲਾ ਸ਼ੁਕਰ ਅੱਲਾ ਪਾਕ ਦਾ ਆਸਤਾ ਆਸਤਾ ਰੱਬ ਨੇ ਸਾਰੇ ਕੰਮ ਨਿਬੇੜ ਦਿੱਤੇ ਕਦੀ ਵੇਖ ਲਓ 3 ਕੇਜ ਬਣਾਏ ਸੀਗੇ ਠੀਕ ਹੈ ਕਦੀ ਮੈਂ ਇੱਕ ਵੀਡੀਓ ਲਾਵਾਂਗਾ ਤੀਸਰੇ ਮੇਰੇ ਵੀਰ ਵੇਖਣਗੇ ਕਿ ਤੁਹਾਡੇ ਵੀਰ ਨੇ ਕਿੱਦਾਂ ਮਿਹਨਤ ਕੀਤੀ ਆ ਇਹ ਮੈਂ ਆਪਣੀ ਮਿਹਨਤ ਨਾਲ ਬਣਿਆ ਮੈਨੂੰ ਯੂਟਿਊਬ ਨੇ ਨਹੀਂ ਤਾਰਿਆ ਮਤਲਬ ਤੁਸੀਂ ਸਮਝੋ ਕਿ ਮੈਨੂੰ ਯੂਟਿਊਬ ਨੇ ਤਾਰਿਆ ਯੂਟਿਊਬ 'ਤੇ ਹੁਣ ਵਲੌਗਿੰਗ ਰੂਟੀਨ ਨਾਲ ਕਰਨ ਲੱਗਾ ਮੈਂ ਜਾਨਵਰ ਸੇਲ ਕਰਕੇ ਇੱਧਰੋਂ ਲੈ ਉੱਧਰ ਦੇ ਮਿਹਨਤ ਨਾਲ ਪੈਸੇ ਇਕੱਠੇ ਕਰ ਉਹ ਕਰ ਆ ਕਰ ਸਾਰਾ ਕੰਮ ਕੀਤਾ ਯੂਟਿਊਬ ਨੇ ਹਲੇ ਆਪਾਂ ਨੂੰ ਤਾਰਨਾ ਆ ਹਲੇ ਸਟਾਰਟ ਆ ਯੂਟਿਊਬ ਦਾ ਠੀਕ ਹੈ ਅਤੇ ਜਿਹੜੀ ਜਿਹੜੀ ਚੀਜ਼ ਮੈਂ ਯੂਟਿਊਬ ਦੇ ਥਰੂ ਲਵਾਂਗਾ ਮੈਂ ਤੁਹਾਨੂੰ ਦੱਸਾਂਗਾ ਕਿ ਆਹ ਚੀਜ਼ ਮੈਂ ਯੂਟਿਊਬ ਦੇ ਥਰੂ ਲਵਾਂਗਾ ਠੀਕ ਹੈ ਇਹ ਜਿਹੜੀ ਮੇਰੀ ਮੋਟਰਸਾਈਕਲ ਆ ਠੀਕ ਹੈ ਇਹ ਮੈਂ 18,000 ਦੀ ਲਈ ਸੀ ਇਹ ਮੈਨੂੰ ਪਿੱਛੇ ਬੰਦਾ ਕਹਿੰਦੇ ਰਹੇ ਵੇਚ ਦੇ ਘਰ ਖੜੀ ਪੈ ਕੇ ਵੇਚਣੀ ਨਹੀਂ ਹੈਗੀ ਬਲਕਿ ਅੱਜ ਕੱਲ੍ਹ ਜਮਨ ਨੂੰ ਜਨਾਬ ਲੈ ਕੇ ਜਾ ਰਿਹਾ ਜੇ ਜਮਨ ਸਾਹਿਬ ਮਜ਼ਾ ਆਉਂਦਾ ਚਲਾਉਣ ਦਾ ਕਿ ਨਹੀਂ ਇੱਦਾਂ ਹੀ ਲੱਗ ਰਿਹਾ ਕਹਿੰਦਾ ਵਨ ਟੂ ਫਾਈਵ ਜਾ ਰਿਹਾ ਕਿਉਂਕਿ ਉਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਜਨਾਬ ਕਿ ਮਿਹਨਤ ਬੜੀ ਵੱਡੀ ਚੀਜ਼ ਆ ਇਹ ਵੇਖੋ ਮੈਂ 18,000 ਰੁਪਏ ਦੀ ਲਈ ਸੀਗੀ ਉਦੋਂ ਹੈਗੇ 15 ਮਾਡਲ ਸੀਗੀ ਇਹ ਕਰਾਉਣ ਦੀ ਗੱਡੀ ਸੀ ਜਿਹੜੀ ਆ ਮੋਟਰਸਾਈਕਲ ਫੈਸਲਾਬਾਦੀ ਜਵਾਨ ਜਬਦ ਕਰਨ ਲੱਗੇ ਹਾਂ ਅਤੇ ਇਹਨੂੰ ਕੈਰੀਅਰ ਵੀ ਬਾਅਦ 'ਚ ਮੈਂ ਲਵਾਇਆ ਉਦੋਂ ਮੈਂ ਕਲੀਨਿਕ 'ਤੇ ਜਾਂਦਾ ਹੁੰਦਾ ਸੀਗਾ ਅਤੇ ਸਿਰਫ ਇੱਕ ਆਹ ਮੋਟਰਸਾਈਕਲ ਲਈ ਸੀਗੀ ਜਿਹਦੇ ਮੀਟਰ 'ਤੇ ਨਹੀਂ ਸੀ ਲਿਖਿਆ ਆ ਅਦਰਵਾਈਜ਼ ਜਿਹੜੀ ਵੀ ਅੱਲਾ ਨੇ ਮੈਨੂੰ ਸਵਾਰੀ ਦਿੱਤੀ ਉਹਨੇ ਮੈਂ ਸਕਰੀਨ 'ਤੇ ਗੱਡੀ 'ਤੇ ਜਿਸ ਤਰ੍ਹਾਂ ਲਿਖਿਆ ਹੁਣ ਸਾਰਾ ਲੱਭਾ ਕਿ ਯਾਰ ਸੁਲਾ ਲਿਖਿਆ ਤੁਹਾਨੂੰ ਚੈੱਕ ਕਰਾਉਂਦਾ ਹਾਦੀ ਆਪ ਨਾ ਅੰਦਰ ਚਲੇ ਜਾ ਬਾਈ ਠੰਡ ਬੜੀ ਹੈ ਕੈਬ ਵੀ ਨਹੀਂ ਆਪਣੇ ਪੈਣੀ ਹੋਈ ਠੀਕ ਹੈ ਉਹਨਾਂ ਤੋਂ ਬਾਅਦ ਤੁਹਾਡੇ ਵੀਰ ਨੇ ਜਨਾਬ ਅੱਲਾ ਪਾਕ ਨੇ ਵਿਆਹ ਕਰਾਇਆ ਵਿਆਹ ਦੀਆਂ ਬਰਕਤਾਂ ਨੇ ਜਨਾਬ ਵਾਲੀ ਅਤੇ ਮਾਸ਼ਾ ਅੱਲਾ ਵਿਆਹ ਤੋਂ ਬਾਅਦ 1 ਮਹੀਨੇ ਬਾਅਦ ਤੁਹਾਡੇ ਵੀਰ ਨੇ ਫਿਰ ਲਿਆ ਹੁੰਦਾ 1-5 ਜਿਹੜਾ ਕਿ ਪਾਕਿਸਤਾਨ ਦੇ ਵਿੱਚ ਇੱਕ ਮਿਡਲ ਕਲਾਸ ਲੋਕਾਂ ਵਾਸਤੇ ਬੜੀ ਅੱਛੀ ਸਵਾਰੀ ਹੁੰਦੀ ਹੈ ਜਿਹੜਾ ਸਾਡਾ ਜਮਨ ਦਾ ਵੀ ਸੁਪਨਾ ਹੈ ਇੱਦਾਂ ਹੀ ਹੈ ਜਮਨ ਇੱਦਾਂ ਹੀ ਹੈ ਨਾ ਇੱਦਾਂ ਹੀ ਨਾ ਕੀ ਲੈਣਾ ਤੂੰ 1-5 ਲੈਣਾ ਉਹ ਗੱਲ ਕਰਦਾ ਕਿ ਸਾਡੇ ਮਿਡਲ ਕਲਾਸ ਲੋਕਾਂ ਦਾ ਜਿਹੜਾ ਨਾ ਇੱਕ ਬੜਾ ਖਾਬ ਹੁੰਦਾ ਗਿਆ ਸਾਡੇ ਕੋਲ ਹੁੰਡਾ 1-5 ਹੋਵੇ ਠੀਕ ਆ ਯਾਨੀ ਕਿ 125 ਸੀਸੀ ਫਿਰ ਰੱਬ ਨੇ ਤੁਹਾਡੇ ਵੀਰ ਨੂੰ ਦਿੱਤਾ ਤੇ ਲੱਭਾ ਕਿ ਯਾਰ ਰਸੂਲ ਅੱਲਾਹ ਦੇ ਸਦਕੇ ਹੀ ਦਿੱਤਾ ਤੇ ਨੈਕਸਟ ਤੁਹਾਡੇ ਵੀਰ ਨੂੰ ਰੱਬ ਨੇ ਗੱਡੀ ਵੀ ਦਿੱਤੀ ਠੀਕ ਹੈ ਯਾਨੀ ਗੱਲਾਂ ਦੱਸਦਾ ਕਿ ਸਾਰੀਆਂ ਮਿਹਨਤਾਂ ਦੇ ਨਾਲ ਹੀ ਨੇ ਜਿੱਦਣ ਆਇਆ ਬਣਵਾਏ ਸੀ 3 ਕੇਜ ਮੈਂ ਐਡਾ ਖੁਸ਼ ਸੀਗਾ ਕਿ ਯਾਰ ਮੈਂ ਕਿਹੜਾ ਅੱਛਾ ਸੈਟਅਪ ਬਣਾ ਲਿਆ 1-2-3 ਤੇ 4 ਇਧਰ ਹੀ ਸੈਟ ਸੀਗਾ ਚਾਰ ਚੀਜ਼ਾਂ ਬਣਾਈਆਂ ਤੇ ਮੈਂ ਬੜਾ ਖੁਸ਼ ਸੀ ਕਿ ਯਾਰ ਮੈਂ ਆਪਣਾ ਬਹੁਤ ਅੱਛਾ ਸੈਟਅਪ ਬਣਾ ਲਿਆ
फिर मैं उधर बनाया सारा कुछ किया। एक दिन तुहानू वीडियो दिखावांगा कि किस तरह मैं यूट्यूब की शुरुआत की और मैं कि जमन वर्गा सुखा पतला जहाँ हूँ तुम वेखन लान भाई बड़े मोटे ताजे हो गए तो लंबे लंबे वार दाड़ी शाजी चल जो भी गलबात है तुम किसी ने वीडियो मुकम्मल बह के सारियाँ डाउनलोड करा उनका मेक मिक्सअप बना के ना तुम दिखावगा कि अल्लाह ताला की जात मेहनत करने वाले बंदे नूं किदां जीरो तो चक के अगे लैके आती है। तुसी भी मेहनत करोगे इंशाल्लाह तुसी भी अपने वीर हार अगे वध सकदे आ। तो बहरहाल मैं यही गल कहना ना जैनवन गल घर की फैमिली तो बाद जो कोई असल मेरी फैमिली है वह तुम हो जो मेरे दुख सुख के सजे हो मेरी खुशी के शरीक होंगे हो खुश होंगे हो दुख के मेरे वीर भरा मेरे नाल खड़े होंगे हो। तो मैनू अगे सगा कि मैं गैप ला जाना सी वीडियो लाने के मैं इस करके नहीं तुम्हें कह रहा कि यार मैं वीडियो लावा तुम वेखो मेरे पैसे लभन नहीं मैं जिन्ना प्यार थोड़े को वीडियो मिले ना विलॉगिंग मैं कहना किसी चीज़ के इन्ना प्यार नहीं मिले ठीक है। तो मैं इस करके ना जो भी हो जाए यार विलॉग लाजमी लावा इतने तक मैं विलॉग ना लावा तो मेरे वीर मैंने कमेंट करते होंगे कि यार सलमान भाई आपका अच्छ विलॉग नहीं आप खैरियत से हैं ठीक ठाक हैं इनो वड्डी मुहब्बत कोई बंदा किसी को नहीं दे सकता। एक दिन वीडियो ना आए तो लोग मैसेज करके भी पूछते हैं कि यार खैरियत हैगी है तो असल मेरी फैमिली जनाब तुम हो। यमन साहब इन कडो इतों बाबा जी इन कडो इन उत्तर अंदर बनाते बनाते जी बनो ये मेरे वर्गी माड़ी जी हैगी वेखना बैठी है गल सुन दी कि है ए वीरो फीमेल सी जी मैं कह के तलहा भाई ने जनाब दईए तकरीबन मोस्टली बंद ने यमन साहब क्या कि दे दवो दे दवो दे दवो हाँ जी यमन कहना सिलैन भाई मैं ना लेने गुटे अपने गुटे ने बच्चा ले मैं ना कहना ले जा राय दी आप काम करना जमन ठीक है ये सारे तेरे ही है जमन मेरे नहीं गे मैं सवेर का होना है ना ऐसे ही है ना होना है ना सारे तेरे ही है तेरे आसरे छड़े तेरे ही है ठीक है चल जमन आन करीब मोबाइल भी लै देना वा ताकि मैं डेरे का नाम ही होव जमन साहब व्लॉग बना लिया कर ठीक है जी बना लिया करेंगे कि नहीं बना लिया करेंगे ना बस ठीक है जमन साहब भी व्लॉग बना लिया कर पता लग जाए जब सलमान भाई नहीं है तो व्लॉग जमन ने बनाया व्लॉग की छुट्टी ना आवे डेली आवे ताकि वीर साढ़े बोर ना हो हमें पता है दो बच्चे दिए हुए हैं उसने खरगोशा ने और मिट्टी काट देती है खरगोश जमन जो बाहर आए ना मेरा भी तो फाड़ लवी इन्होंने फिर तरीके हाँ इन्होंने मिट्टी पट पट आ दिया सारी तक ले इन्होंने बेड़ा कर देना चेक कल आहो नहीं तो फिर इन्होंने कोई हिसाब किताब लाई इन्होंने नीह खराब कर देनी सारी सही है। एक तो वेखो ए जरा जोड़ा वा इन नाल नर मेरे खाल चिट्टा वा ना ए माधी बैठी माशाला जी पहली बारी अंडे दिते अंडे ना साइज ही दूसरे ना दोस्तों छोटा जे इन्हें अंडे एडे तगड़े नहीं है तो मैं जी शायद तुम विखाने लगा जो तुम वेख सको तो जनाब मजा आ गया जो माशाला रंग वेखो बच्चों का यार चौधरी चास आ गई जमन उधर रंग वेख बच्चों के देख माशाला दोस्तों चसा आ गई मैं इसे करके उत्ते चढ़िया मैं क्या वीरां नूं अज शौक करवाना ही करवाना मैनू बहुत माशाला प्यारा लगा अल्लाह नूं नज़र तो बचावे जमन फड़ तेरा बच्चा हाथ च बई तली दे बिठा इन तली दे अपनी मैं कहना माशाला यकीन करो दोस्तों धूड़ा कढ़ दी अजे है खुदा की कुदरत देखो हाँ बाकी वाइट आते पर ब्लैक इधर करी तेरा सीना सीने वाला हिस्सा मेरे वाल मुंह करना होंगे मुंह मेरे वाल कर छड़ दे बस अरे सीने वाला हिस्सा वाइट आ सिर तो थोड़ा जा ब्लैक आ पिछों घुमा तेरा पिछला सारा हिस्सा जरा माशाला जरा है वाइट है माशाला बहुत ही प्यारा कलर पाया ए दूसरा बच्चा वा ए ब्लैक ही है तकरीबन है तू देखे तू देखे हुए माशाला ए दोस्तों ज्यादा ब्लैक जे तो बड़ी बड़ी खुशी हो रही यकीन करो कि माशाला वेखो ना हम बच्चे तकड़े होने लग पे अगे बच्चे निकलते सके बच्चे मर जाते हम अलहमदुल्ला जिन्हें बच्चे निकले सारे तंदुरुस्त ने जमन साहब वापस दियो तेरा इन मैं रखा वह बिस्मिल्ला बिस्मिल्ला मेरा शेर 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 इतरा 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 माशाला दोस्तों क्या एक कमाल द खूबसूरत चीज़ है माशाला तो माशाला लकियां का भी बच्चा मैं तुम विखा थले की होया पिया जी है वैसे नहीं बैठे कुछ ला हाँ आंडा देने वास्ते जगह बना ली हुई है हाँ मैं तुम्हें चेक करा माशाला लकियां का बच्चा जरा उड़े चल ए नर जे चल उड़ जा उड़ जा उड़ जा उड़ जा यार ये बच्चे का कलर कि बच्चे का कलर जिम्मे जंगली कबूतरा ना होंगे उड़ा नीले जगह कबूतर ये लक्का तो नहीं लगता यार बच्चा मैं है
पूछता फर्क होना पैर तो भी लक्का नहीं लगता है। चलो जो भी है माशाला है तंदुरुस्त जिंदगी वाला ना। देखो इन्होंने फिर तो नहीं अंडा दे लिया कि कालिया ने मैं लगता ने अंडा फिर दे लिया जमा ना है नहीं हले अंडा नहीं दिता। हाँ यह बच्चा इन्हों का ही है तो माशाला यह टोकरी सिर्फ साड़ी एक खाली है उपर वाली टोकरी वाले बच्चे भी मैं तुम्हें चेक करा माशाला वेखो भी तगड़े हो गए हैं। एक सौ जिस तरह छापर लाया उन्हें हवा बंद की हुई तो बच्चे माशाला साढ़े सारे सेहतमंद ने। एक दो तीन तीन तो माशाला दो पांच वह भी तंदुरुस्त ने पांच तो आओ तुम आ भी दिखावा जो इधर बच्चे है माशाला जो उड़ने वाले ने हाई फ्लाइंग उदन अपने दोस्त भी लाहौरियां तो आए उन्होंने चैक किए थे माँ प्यो वेखे थे कहते कबूतर बहुत अच्छे है तो बच्चे भी बहुत गां उड़ार वाले बनने हैं। चलो ये साढ़े को पाल जान तो असं फिर जनाब उड़ावे आ देखो माशाला कुची 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 आ वेखो ना जरा ये जो उड़ने वाले है ना ये ओ ने ओहो बिस्मिल्ला ये फैंसी नहीं है माशाला साढ़े को लास्ट टाइम दो चार पांच तो दो माशाला सत्त बच्चे और खाली ये नहीं कोई हाल है वो लाइट वो वाइट लकियां भी चेक करिए यार आ जा इधर भी दिखा ना इधर इधर अच्छा जी इधर भी दिखा दरा माशाला दो चूचे किडे किडे हो गए बाल छाल हैं हर चीज निकल आई है नर मादी का हले इन्हों का कोई नहीं पता कि नर नहीं पता थोड़ा बड़ा होर पता चलेगा उधर लक्के वेखी आ चौधरी निकल आए बच्चे गारंटी पैर भी हो सकता मन बच्चा लगता छोटे खुटे उदो इन्ह ने अंडे दिता तोड़ लै अच्छा अच्छा लिया मैं दसा पहले फोन उदो इन्ह ने अंडे दिता तोड़ लै फिर इन्होंने अंडे दिता तोड़ लै माशाला जी वेखो दोस्तों मेरा ख्याल है जमन तू अज नहीं पहले वेखे नी बच्चे कढ़ी जाणगे ते मैं दोस्तां नूं वंडी जावांगा मैं इन्हें रख के किथे चार पाणा इन्हां दा ऐ उही अग्रेसिव गुलटेर आ जनाब जिहड़ा कि सानूं गड्डी च लाउण नहीं दिंदा हूँ माशाला कहता जी मैनू तुसी पवा चुमो तो पवा चट्टो तो पवा मेरे को चुमिया दबाओ जो मर्जी करो तो ये जाना जे चक सवारी अपने वीर ने जनाब उन्होंने कोल कामरान भाई के कोल तो अल्लाह रखे खैर अल्लाह ने नसीबा च करे ये गड्डी तो लाया भी सीगा ऐलान तो पहले ही जनाब सेल हो गया सीगा
ਬਹੁਤ ਸਾਰੇ ਦੋਸਤ ਮੈਨੂੰ ਦਾ ਪੁੱਛ ਰਿਹਾ ਸੀ ਬਰਾਲੇ ਸੇਲ ਹੋ ਗਿਆ ਜੀ ਜਨਾਬ ਕਾਮਰਾਨ ਭਾਈ ਦੇ ਕੋਲ ਜਾਣਾ ਜੇ ਚੱਕ ਸਵਾਰੀ ਬਹੁਤ ਸਾਰੇ ਦੋਸਤ ਮੈਨੂੰ ਪੁੱਛਦੇ ਕਰ ਸਲਾਨ ਭਾਈ ਯਾਰ ਸਲਾਨ ਭਾਈ ਮੈਂ ਕਿਹਾ ਜੀ ਮੇਰੇ ਭਾਈ ਯਾਰ ਸਲਾਨ ਭਾਈ ਸਨਾਮ ਇਸਕਾ ਕੀ ਰੇਟ ਹੈ ਕੀ ਹਿਸਾਬ ਹੈ ਯਾਰ ਇਹ ਨਾ ਮੈਂ ਉਹਨਾਂ ਨੂੰ ਦੇਣਾ ਸੀ ਬਿਜਲੀ ਦਾ ਬੱਚਾ ਤੇ ਉਹਨਾਂ ਨੇ ਮੈਨੂੰ ਪੈਸੇ ਭੇਜਣੇ ਸੀ ਫਿਰ ਮੈਂ ਉਹਨਾਂ ਨੂੰ ਆਪਸ਼ਨ ਦਿੱਤਾ ਮੈਂ ਕਿਹਾ ਮੇਰਾ ਕਾਮਰਾਨ ਭਾਈ ਚੀਜ਼ ਆ ਗਈ ਹੈ ਤੁਹਾਨੂੰ ਪਸੰਦ ਉਹਨੇ ਕਿ ਸਲਾਨ ਭਾਈ ਸਾਨੂੰ ਪਸੰਦ ਆ ਹਲੇ ਗੱਡੀ ਤੋਂ ਉਤਾਰਿਆ ਨਹੀਂ ਸੀ ਤੇ ਕਾਮਰਾਨ ਭਾਈ ਨੇ ਪੈਸੇ ਭੇਜਦੇ ਸੀ ਮਸਰੂਫੀਆਤ ਦੀ ਵਜ੍ਹਾ ਨਾਲ ਮੇਰੇ ਕੋਲ ਭਜਵਾ ਨਹੀਂ ਹੋਇਆ ਤੇ ਇਨਸ਼ਾਅੱਲਾ ਕਾਲੀਆਂ ਪਰਸੋਂ ਮੈਂ ਉਹ ਭਜਵਾ ਦੇਣਾ ਉਹਨਾਂ ਨੂੰ ਹਾਦੀ ਨੂੰ ਪਤਾ ਲੱਗਦਾ ਵੇ ਬਾਹਰ ਕਿੱਥੋਂ ਆਉਣਾ ਕੀ ਹੁਆ ਉਹ ਇਧਰ ਆ ਦਰਵਾਜ਼ਾ ਨਹੀਂ ਕੁੱਤਾ ਕਾੜਦਾ ਅੰਦਰ ਖਲੋਤਾ ਰੋਈ ਜਾਂਦਾ ਇਧਰ ਆ ਜਾ ਕੁਝ ਨਹੀਂ ਕਹਿੰਦਾ ਕੁੱਤਾ ਤੇ ਜੇ ਰੋ ਕਿ ਰਿਹਾ ਅੰਦਰ ਹੈ ਰੋ ਰਿਹਾ ਤੇਰੀ ਆਵਾਜ਼ ਰੋਣੇ ਵਾਲੀ ਨਿਕਲ ਰਹੀ ਸੀ ਆ ਜਾ ਜਾ ਬਾਹਰ ਆ ਜਾ ਹੈ ਮਸ਼ਨ ਕੀਤੇ ਨਾ ਹਾਂ ਮੇਰੇ ਦੋਸਤੋ ਬੜਾ ਬਿਮਾਰ ਹੋ ਗਿਆ ਕੱਲ ਦਾ ਤੇ ਪਹਿਲੇ ਪੋਟੀ ਨਹੀਂ ਸੀ ਕਰਦਾ ਪਿਆ ਹੁਣ ਦਵਾਈ ਦੂਈ ਦਿੱਤੀ ਹੁਣ ਮਸ਼ਨ ਕਰਨਾ ਪਿਆ ਹੁਣ ਉਹਨਾਂ ਨੇ ਦਈਆਂ ਕੱਲ ਕੱਲਾ ਸੀਰਪ ਜਿਹੜਾ ਹਨਾ ਉਹ ਵੀ ਨਹੀਂ ਨਾ ਮੈਨੂੰ ਹੈ ਨਾ ਦੁੱਧ ਪਲਾਵੀ ਵੀ ਨਾ ਤੂੰ ਇਹਨੂੰ ਠੀਕ ਹੈ ਕੁਛ ਰਿਲੈਕ ਵਗੈਰਾ ਖਿਲਾਨੇ ਇਹਨੂੰ ਬਣਾ ਕੇ ਤੇ ਬਾਕੀ ਆਪਣਾ ਦੁਆ ਕਰੀਏ ਦੋਸਤੋ ਅੱਲਾ ਪਾਕ ਇਹਨੂੰ ਤੰਦਰੁਸਤੀ ਦੇਵੇ ਦਿਹਾੜੀ ਡੰਗ ਦੇ ਵਿੱਚ ਹੀ ਨਾ ਵੇਖੋ ਮੋਸ਼ਨ ਕਰ ਕਰ ਕੇ ਬੱਚਾ ਬੜਾ ਕਮਜ਼ੋਰ ਹੋ ਗਿਆ ਜੇ ਅਤੇ ਹੀਟਰ ਦੇ ਲਾ ਕੇ ਰੱਖਿਆ ਹੁਣ ਅਤੇ ਕੱਲ੍ਹ ਸੁਬਹਾ ਚੰਗਾ ਭਲਾ ਸੀਗਾ ਪਰਸੋਂ ਸੁਬਹਾ ਅਤੇ ਪਰਸੋਂ ਸ਼ਾਮ ਦਾ ਜਨਾਬ ਅਲੀ ਮੇਰੇ ਖਾਲੇ ਆਪਣਾ ਹੋਇਆ ਜੇ ਢਿੱਲਾ ਤੈਨੂੰ ਅਸੀਂ ਅਲੱਦਾ ਕਰਕੇ ਰੱਖਿਆ ਜੇ ਬਸ ਇਹ ਹੁਣ ਲੱਤਾਂ ਲਾ ਕੇ ਅਤੇ ਤਾਂ ਖੜ੍ਹਾ ਹੋਇਆ ਜੀ ਠੀਕ ਆ ਆਪ ਹੀ ਕੁਛ ਅੱਲਾ ਕਰੇ ਹਿੰਮਤ ਕੀਤੀ ਹੈ ਮੈਂ ਕਹਿੰਦਾ ਇਹਨੂੰ ਨਾ ਇੱਥੇ ਤਰ੍ਹਾਂ ਜਮਨ ਬਾਹਰ ਕੱਢ ਚੱਕ ਕੇ ਥੱਲੇ ਰੱਖ ਕਰਾਂ ਇੱਥੇ ਥੱਲੇ ਘੁੰਮਣ ਤੇ ਰਹਿੰਦੇ ਤੂੰ ਜਗ੍ਹਾ ਟੋਕਰੀ ਥੋੜ੍ਹੀ ਆ ਨਾਲੇ ਕੱਪੜਾ ਇਹਨੇ ਗੰਦਾ ਕੀਤਾ ਹੋਇਆ ਕੱਪੜਾ ਕੱਢ ਦੇ ਬਾਹਰ ਕੱਪੜਾ ਕੱਢ ਦੇ ਉਹਨਾਂ ਕਿੱਦਾਂ ਕਮਜ਼ੋਰੀ ਨਾਲ ਉਹਨੇ ਪਸਲੀਆਂ ਵੀ ਦਿਹਾੜੀ ਡੰਗ ਦੇ ਵਿੱਚ ਵੇਖੋ ਪਸਲੀਆਂ ਵੀ ਨਿਕਲ ਆਈਆਂ ਉਹਦੀਆਂ ਬੜੀ ਹਾਲਾਤ ਇਹਨੇ ਖਰਾਬ ਹੋਏ ਹੋਏ ਆ ਬਾਕੀ ਅੱਲਾ ਕਰਮ ਕਰੇ ਕੋਸ਼ਿਸ਼ ਤਾਂ ਕਰ ਰਹੇ ਹਾਂ ਦਵਾਈ ਦਵੂਈ ਤਾਂ ਦੇ ਰਹੇ ਹਾਂ ਜੀ ਕੱਲ੍ਹ ਹਾਲਾਂਕਿ ਨਹੀਂ ਸੀ ਹੈਗਾ ਹੁਣ ਹੀ ਮੈਂ ਆ ਕੇ ਵੇਖਿਆ ਮੈਂ ਕਿਹਾ ਚਲੋ ਬੱਚੇ ਨੇ ਵੀ ਨਿਗਾਹ ਮਾਰੀ ਨਾਲੇ ਤੁਹਾਨੂੰ ਵੀ ਖਾਵਾਂ ਤੇ ਕਾਫੀ ਕਮਜ਼ੋਰ ਹੋ ਗਿਆ ਦੋਸਤੋ ਠੀਕ ਹੈ ਵੀਰੋ ਜਿੱਥੇ ਇੰਨੀ ਅੱਜ ਮਾਨਾ ਮਜ਼ੇਦਾਰ ਵਲੋਗ ਬਣਿਆ ਵੀਡੀਓ ਦੇ ਐਂਡ ਦੇ ਵਿੱਚ ਮੇਰਾ ਆਪਣਾ ਬੜਾ ਦਿਲ ਉਦਾਸ ਹੋ ਗਿਆ ਬੱਚੇ ਦੀ ਕੰਡੀਸ਼ਨ ਵੇਖ ਕੇ ਅਤੇ ਮੈਂ ਜਨਾਬ ਹੁਣ ਕੁਛ ਰਿਲੈਕ ਵਗੈਰਾ ਬਣਾ ਕੇ ਕਰਕੇ ਅਤੇ ਉਹਨੂੰ ਥੋੜ੍ਹਾ ਜਿਹਾ ਖਿਲਾਉਣਾ ਤਾਂ ਕਿ ਇਹਦੇ ਪੇਟ ਦੇ ਵਿੱਚ ਆਸਰਾ ਹੋਵੇ ਕਿਉਂਕਿ ਜੋ ਕੰਡੀਸ਼ਨ ਆ ਉਹਦੀ ਉਲਟੀ ਹੈ ਮੋਸ਼ਨ ਕਰ ਕਰਕੇ ਇਹਨੂੰ ਕਮਜ਼ੋਰੀ ਜ਼ਿਆਦਾ ਹੋ ਗਈ ਹੈ ਅਤੇ ਠੰਡ ਵੀ ਆ ਉੱਤੋਂ ਠੀਕ ਆ ਬਾਕੀ ਇਹ ਕਿ ਆਪਣੀ ਮਰਜ਼ੀ ਦੇ ਨਾਲ ਤੁਰਿਆ ਫਿਰਿਆ ਵਾ ਅੱਲਾ ਕਰੇ ਹਿੰਮਤ ਨਹੀਂ ਨਿਹਾਰੀ ਜੇ ਜ਼ਿੰਦਗੀ ਇਹਦੀ ਵਧੀ ਹੋਈ ਤਾਂ ਇਨਸ਼ਾਅੱਲਾ ਤਾਲਾ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਅੱਲਾ ਪਾਕ ਇਹਨੂੰ ਤੰਦਰੁਸਤੀ ਦੇਣਗਾ ਅਤੇ ਦੁਆਵਾਂ 'ਚ ਯਾਦ ਰੱਖਿਓ ਅੱਜ ਦੇ ਵਲੋਗ ਦਾ ਇੱਥੇ ਕਰਦੇ ਹਾਂ ਖਤਾਮ ਜਿੱਥੇ ਵਲੋਗ ਦੇ ਵਿੱਚ ਅੱਜ ਮਜ਼ਾ ਬੜਾ ਆਇਆ ਬਣਾਉਣ ਦਾ ਠੀਕ ਹੈ ਸ਼ੁਕਰ ਮੇਲਾ ਵਾਵਾ ਲੱਗਾ ਅਤੇ ਆ ਵੇਖੋ ਨਾ ਹੁਣ ਕੋਸ਼ਿਸ਼ ਕਰਦਾ ਵਾ ਦੇਖੋ ਦੇਖੋ ਲੱਤਾਂ ਲਾ ਕੇ ਨਾ ਆਪਣੀ ਆਪ ਕੋਸ਼ਿਸ਼ ਕਰਦਾ ਕਿ ਮੈਂ ਲੱਤਾਂ ਲਾ ਕੇ ਅਤੇ ਤਾਂ ਖੜ੍ਹਾ ਹੋਵਾਂ ਅਤੇ ਅੱਲਾ ਪਾਕ ਇਹਨੂੰ ਤੰਦਰੁਸਤੀ ਦੇਵੇ ਜਾਨਦਾਰ ਚੀਜ਼ ਅਸੀਂ ਇਹਦਾ ਖਿਆਲ ਕਰੀਏ ਹੁਣ ਦੁਆਵਾਂ 'ਚ ਯਾਦ ਰੱਖਿਓ ਮਿਲਾਂਗੇ ਨੈਕਸਟ ਵਲੋਗ 'ਚ ਫਿਰ ਅੱਲਾ ਹਾਫਿਜ਼